ਅਸੀਂ ਕਾਜ ਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਜਸਕਰਨ ਸਿੰਘ। ਅਸੀਂ ਅੱਜ ਬਠਿੰਡਾ ਦੇ ਅੰਦਰ ਇੱਕ ਨਵਾਂ ਰੈਸਟੋਰੈਂਟ ਖੁੱਲਿਆ, ਰਾਜਵੰਸ ਰੈਜੀਡੈਂਸ ਰੈਸਟੋਰੈਂਟ ਹੈ ਜਿਹੜਾ। ਇਹ ਕਿੱਥੇ ਖੁੱਲਿਆ ਅਸੀਂ ਇਹ ਤੁਹਾਨੂੰ ਅਸੀਂ ਸਾਰੀ ਜਾਣਕਾਰੀ ਦੇਵਾਂਗੇ, ਸਾਡੇ ਨਾਲ ਬਣੇ ਰਹੋ ਤੇ ਅਸੀਂ ਇਸ ਇੱਥੇ ਕੀ ਕੁਛ ਮਿਲੇਗਾ ਅਸੀਂ ਇਹ ਵੀ ਸਾਰੀ ਤੁਹਾਡੇ ਨਾਲ ਵੀ ਆਪਣੀ ਜਾਣਕਾਰੀ ਸਾਂਝੀ ਕਰਾਂਗੇ। ਸਾਡੇ ਨਾਲ ਇੱਥੇ ਸਾਡੇ ਵੀਰ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ ਸਰ, ਸਰ ਕੀ ਨਾਮ ਹੈ ਤੁਹਾਡਾ? ਰਣਧੀਰ ਬੰਸਲ। ਬੰਸਲ ਸਾਹਿਬ, ਇੱਥੇ ਇੱਕ ਆਪਣਾ ਰੈਸਟੋਰੈਂਟ ਖੁੱਲਿਆ, ਕੀ ਕਹਿਣਾ ਜੀ, ਕੀ ਕੁਛ ਮਿਲੇਗਾ, ਕਿੱਥੇ ਕਿਹੜੀ ਜਗ੍ਹਾ ਤੇ? ਰਾਜਵੰਸ਼ ਰੈਸਟੋਰੈਂਟ ਦੇ ਨਾਮ ਤੇ ਅਸੀਂ ਰੈਸਟੋਰੈਂਟ ਖੁੱਲਿਆ ਜੀ। ਰਾਜਵੰਸ਼ ਮੇਰੇ ਬੇਟੇ ਦਾ ਨਾਮ ਹੈ ਤੇ ਵੈਜ ਨੋਨ ਵੈਜ ਦਾ ਸਾਰਾ ਅਸੀਂ ਜੋ ਕਿ ਸਾਫ ਸਵੱਛ ਜਿਹੜਾ ਕੰਮ ਕਰਾਂਗੇ। ਔਰ ਸ਼ਹਿਰ ਵਾਸੀਆਂ ਨੂੰ ਬੜੇ ਪਿਆਰ ਨਾਲ ਬੜਾ ਨਿੱਘਾ ਸੱਦਾ ਵੀ ਇੱਕ ਵਾਰ ਜ਼ਰੂਰ ਸਾਡੇ ਰੈਸਟੋਰੈਂਟ ਵੀ ਇਸ ਤਰ੍ਹਾਂ ਦੇ ਹੈਗੇ ਨੇ ਬਹੁਤ ਸਾਰੇ ਵੀ ਆਪਣੇ ਸ਼ਹਿਰ ਦੇ ਅੰਦਰ ਇਸ ਤਰ੍ਹਾਂ ਦੇ ਵੀ ਨੋਨ ਵੈਜ ਤੇ ਵੈਜ ਵੀ ਹੈਗੇ ਰੈਸਟੋਰੈਂਟ। ਲੇਕਿਨ ਤੁਸੀਂ ਇਸ ਦੇ ਵਿੱਚ ਕੀ ਚੀਜ਼ ਨਵੀਂ ਦਿਓਗੇ ਲੋਕਾਂ ਨੂੰ ਜਿਹੜੇ ਲੋਕ ਇੱਥੇ ਆਉਣ? ਨਵੀਂ ਇੱਕ ਤਾਂ ਇਹ ਹੈ ਜੀ, ਅਸੀਂ ਦੇਖੋ ਮੈਂ ਲੋਕਲ ਸ਼ਹਿਰ ਵਾਸੀ ਹਾਂ, ਤੁਹਾਨੂੰ ਪਤਾ ਮੈਂ ਮੇਲੇ ਵਗੈਰਾ ਵੀ ਲਾਉਣਾ, ਮੇਰੀ ਉੱਥੇ ਵੀ ਇੱਛਾ ਹੁੰਦੀ ਹੈ ਵੀ ਕੁਛ ਨਾ ਕੁਛ ਬਿਹਤਰ ਦਿੱਤਾ ਜਾਵੇ, ਵਧੀਆ ਦਿੱਤਾ ਜਾਵੇ। ਇੱਕ ਤਾਂ ਅਸੀਂ ਜੋ ਰੱਖਿਆ ਸਾਡਾ ਜਿਹੜਾ ਮੇਨ ਅਟ੍ਰੈਕਸ਼ਨ ਹੈ ਫੁੱਲ ਰੋਸਟਡ ਚਿਕਨ ਸਿਰਫ 300 ਰੁਪਇਆ, ਜੇ ਅੰਦਰ ਬੈਠ ਕੇ ਖਾਣਾ ਤਾਂ 400 ਰੁਪਏ, ਜੇ ਪੈਕਿੰਗ ਹੈ ਟੇਕ ਅਵੇ ਹੈ ਤਾਂ ਓਨਲੀ 300 ਰੁਪਇਆ। 300 ਰੁਪਏ ਚ ਮੇਰੀ ਗਰੰਟੀ ਆਲ ਇੰਡੀਆ ਜੀ ਫੁੱਲ ਰੋਸਟਡ ਚਿਕਨ ਤੁਹਾਨੂੰ ਕਿਤੇ ਨਹੀਂ ਮਿਲ ਸਕਦਾ, ਇਹ ਤਾਂ ਸਾਡੀ ਪਹਿਲੀ ਅਟ੍ਰੈਕਸ਼ਨ ਹੈ। ਦੂਸਰੀ ਇਹ ਵੀ ਦੋ ਦਿਨਾਂ ਬਾਅਦ ਅਸੀਂ ਇੱਥੇ ਗ੍ਰੀਨ ਪੂਰੀ ਚਲਾਵਾਂਗੇ, ਗ੍ਰੀਨ ਪੂਰੀ ਵੀ ਤੁਹਾਨੂੰ ਆਲ ਇੰਡੀਆ ਚ ਹੋ ਸਕਦਾ ਕਿਤੇ ਨਾ ਮਿਲੇ। ਔਰ ਮੇਰੀ ਗਰੰਟੀ ਹੈ ਵੀ ਜਿਹੜਾ ਸਾਡੀ ਗ੍ਰੀਨ ਪੂਰੀ ਇੱਕ ਵਾਰ ਖਾ ਗਿਆ ਉਹਨੇ ਡੇਲੀ ਦੀ ਤਰ੍ਹਾਂ ਹੀ ਕੋਸ਼ਿਸ਼ ਕਰਨੀ, ਮੈਂ ਖਾ ਕੇ ਹੀ ਜਾਣੀ ਹੈ। ਕਲਗੀਰੀ ਜੀ, ਆਪਾਂ ਇਸ ਦੇ ਨਾਲ ਤੁਹਾਡੀ ਇਹ ਆਪਾਂ ਲੋਕੇਸ਼ਨ ਕਿੱਥੇ ਹੈ ਤੇ ਕਿੱਥੇ ਲੋਕ ਆਉਣ ਤੇ ਇਹ ਆਪ ਕਿੰਨੇ ਤੋਂ ਕਿੰਨੇ ਵਜੇ ਖੁੱਲੂਗਾ? ਇਹ ਲੋਕੇਸ਼ਨ ਹੈ ਜੀ ਸਾਡੀ CSF 65 ਭਾਰਤ ਨਗਰ ਓਪੋਜਿਟ LIC ਆਫਿਸ ਬਠਿੰਡਾ। ਕਿੰਨੇ ਤੋਂ ਕਿੰਨੇ ਵਜੇ ਤੱਕ ਹੋਵੇਗਾ ਜੀ? ਇਹ ਖੁੱਲੂਗਾ ਜੀ 11 ਤੋਂ 11, ਔਰ ਜੇ ਪੂਰੀਆਂ ਦਾ ਕੰਮ ਅਸੀਂ ਕਰਾਂਗੇ ਤਾਂ 8 ਵਜੇ ਤੋਂ ਲੈ ਕੇ 3 ਵਜੇ ਤੱਕ ਕਰਾਂਗੇ। ਵੀ ਆਪਾਂ ਗੱਲ ਕਰੀਏ ਕਿਸੇ ਤਰ੍ਹਾਂ ਦੀ ਹੋਰ ਵੀ ਸੁਵਿਧਾ ਹੈ ਵੀ ਜਿਸ ਤਰ੍ਹਾਂ ਜੇ ਲੋਕ ਆਪਣੇ ਘਰ ਦੇ ਜੀ ਫੋਨ ਦੇ ਰਾਹੀਂ ਮੰਗਾਉਣਾ ਚਾਹੁੰਦੇ ਕੋਈ ਸਿਸਟਮ? ਹਾਂ ਬਿਲਕੁਲ ਬਿਲਕੁਲ, ਜੋਮੈਟੋ ਸਵਿਗੀ ਸਾਰਾ ਤੇ ਪਾਵਾਂਗੇ ਜੀ, ਔਰ ਸਾਡੀ ਡਿਲੀਵਰੀ ਵੀ ਹੋਊਗੀ ਹੋਮ ਡਿਲੀਵਰੀ, ਉਹ ਸਾਰਾ ਅਸੀਂ ਟਾਈਮ ਟੂ ਟਾਈਮ ਤੁਹਾਨੂੰ ਅਪਡੇਟ ਕਰ ਦੇਵਾਂਗੇ। ਹਾਂਜੀ ਵੀ ਸਤਿ ਸ਼੍ਰੀ ਅਕਾਲ ਜੀ, ਸਰ ਕੀ ਕਹਿਣਾ ਚਾਹੁੰਦੇ ਅੱਜ ਇੱਥੇ ਆਏ ਹੋ, ਕਿਸ ਤਰ੍ਹਾਂ ਲੱਗਿਆ? ਹਾਂਜੀ ਸਾਨੂੰ ਬਹੁਤ ਵਧੀਆ ਲੱਗਿਆ, ਇਸ ਇਲਾਕੇ 'ਚ ਗ੍ਰੀਨ ਸਿਟੀ ਤੋਂ ਨਹਿਰ ਤੋਂ ਲੈ ਕੇ ਸਟੇਸ਼ਨ ਤੱਕ ਕੋਈ ਪੂਰੀਆਂ ਦੁਕਾਨ ਨਹੀਂ ਹੈ ਟੌਪ ਦੀ। ਜੇ ਇੱਥੋਂ ਅਸੀਂ ਪੂਰੀ ਖਾਣੀ ਹੁੰਦੀ ਹੈ ਤੁਹਾਨੂੰ ਸਟੇਸ਼ਨ 'ਤੇ ਜਾਣਾ ਪੈਂਦਾ। ਗ੍ਰੀਨ ਸਿਟੀ ਰਹਿੰਦੇ ਅਸੀਂ, ਗ੍ਰੀਨ ਸਿਟੀ ਮਾਡਲ ਟਾਊਨ 4-5 ਫੇਸ ਗੁਰੂ ਤੇਗ ਬਹਾਦਰ ਭਾਰਤ ਨਗਰ ਕਮਰਾਨੂ ਕਲੋਨੀ। ਕਿਤੇ ਵੀ ਕੋਈ ਇੱਦਾਂ ਦਾ ਖਾਣਾ ਨਹੀਂ ਮਿਲੇਗਾ ਇੱਥੇ, ਬਹੁਤ ਵਧੀਆ ਸਾਨੂੰ ਲੱਗਿਆ ਇਹ, ਬਹੁਤ ਖੁਸ਼ੀ ਹੈ ਸਾਰੇ ਇਲਾਕੇ 'ਚ ਵੀ ਇੱਥੇ ਅਸੀਂ ਆਪਣਾ ਮਨਪਸੰਦ ਭੋਜਨ ਖਾ ਸਕਾਂਗੇ। ਗ੍ਰੀਨ ਪੂਰੀ ਦੀ ਗੱਲ ਕੀਤੀ ਹੈ, ਗ੍ਰੀਨ ਪੂਰੀ ਇਸ ਤੋਂ ਪਹਿਲਾਂ ਕਦੇ ਦੇਖੀ ਤੁਸੀਂ ਇਸ ਤੋਂ ਪੂਰੀ ਇੰਡੀਆ ਦੇ ਵਿੱਚ? ਦੇਖੋ ਸਾਨੂੰ ਤਾਂ ਦੇਖਾਂਗੇ ਖਾਵਾਂਗੇ, ਨਹੀਂ ਦੇਖੀ, ਪਰ ਦੂਸਰੀ ਪੂਰੀ ਵੀ ਬਹੁਤ ਵਧੀਆ ਬਣੂਗੀ ਇੱਥੇ। ਮਤਲਬ ਪੂਰੀ ਤਾਂ ਪੂਰੀ ਹੈ ਨਾ ਜੀ, ਪੂਰੀ ਤਾਂ ਹਰ ਬੰਦਾ ਖਾਂਦਾ ਹੈ, ਸੰਤੁਸ਼ਟ ਹੁੰਦਾ ਹੈ। ਬਿਲਕੁਲ ਜੀ, ਤੁਸੀਂ ਮੈਂ ਇੱਕ ਵਾਰੀ ਸੱਤ ਨੂੰ ਕਹੂੰਗਾ ਇੱਕ ਵਾਰੀ ਉੱਪਰਲਾ ਬੋਰਡ ਦਾ ਜ਼ਰੂਰ ਇੱਥੇ ਦਿਖਾਉਣ। ਇਸ ਦੀ ਅੱਜ ਓਪਨਿੰਗ ਹੋਈ ਹੈ ਬਠਿੰਡਾ ਦੇ ਬੀਬੀ ਵਾਲਾ ਰੋਡ ਤੇ ਜਿਹੜਾ ਹੈ, ਤੇ ਇਹ ਆਪਣਾ ਨਵਾਂ ਰੈਸਟੋਰੈਂਟ ਖੁੱਲ ਗਿਆ ਜਿਸ ਦੇ ਵਿੱਚ ਵੈਜ ਤੇ ਨਾਨ ਵੈਜ ਦੋਨੇ ਹੀ ਆਈਟਮਾਂ ਇੱਥੇ ਮਿਲਣਗੀਆਂ। ਤੇ ਨਾਲ ਨਾਲ ਇਹਨਾਂ ਨੇ ਕਿਹਾ ਕਿ ਇੱਕ ਸਾਡੇ ਵੱਲੋਂ ਇੱਕ ਗ੍ਰੀਨ ਪੂਰੀ ਹੈ ਜੋ ਇਸ ਤਰ੍ਹਾਂ ਦੀ ਗ੍ਰੀਨ ਪੂਰੀ ਹੋਵੇਗੀ ਜੋ ਪੂਰੇ ਇੰਡੀਆ ਦੇ ਵਿੱਚ ਅੱਜ ਤੱਕ ਕਿਸੇ ਨੇ ਨਹੀਂ ਦੇਖੀ। ਤੇ ਸਾਡੇ ਨਾਲ ਹੋਰ ਵੀ ਇੱਥੇ ਸਾਥੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਨਾਮ ਹੈ ਤੁਹਾਡਾ? ਅਨਮੋਲ ਬੰਸਲ। ਇੱਥੇ ਤੁਹਾਡੇ ਵੱਲੋਂ ਅੱਜ ਇੱਕ ਰੈਸਟੋਰੈਂਟ ਖੋਲਿਆ, ਕੀ ਨਾਮ ਹੈ ਰੈਸਟੋਰੈਂਟ ਦਾ? ਆਪਣਾ ਰਾਜਵੰਸ਼ ਰੈਸਟੋਰੈਂਟ ਜੀ। ਤੁਸੀਂ ਲੋਕਾਂ ਨੂੰ ਇਸ ਦੇ ਵਿੱਚ ਕੀ ਨਵਾਂ ਦਿਓਗੇ? ਗੱਲ ਦੇਖੋ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਲੋਕਾਂ ਨੂੰ ਆਪਾਂ ਇੱਕ ਨਵੀਂ ਚੀਜ਼ ਦੇ ਰਹੇ ਹਾਂ, ਸਭ ਤੋਂ ਬੈਟਰ ਸੀਟਿੰਗ ਪਲਾਨ ਦੇ ਰਹੇ ਹਾਂ, ਕੁਆਲਿਟੀ ਦੇ ਵਿੱਚ ਬਹੁਤ ਵਧੀਆ ਆਪਾਂ ਜੋ ਹੈ ਇੰਪਰੂਵਮੈਂਟ ਦੇਵਾਂਗੇ। ਬਾਕੀ ਇਸ ਦੇ ਨਾਲ ਨਾਲ ਆਪਣੇ ਕੋਲ ਪਾਰਟੀ ਹਾਲ ਹੈ ਉੱਪਰ 3rd ਫਲੋਰ ਦੇ ਉੱਪਰ, ਜਿਸ ਦੇ ਵਿੱਚ ਆਪਣਾ ਗੈਟ ਟੂਗੈਦਰ ਲੋਕਾਂ ਨਾਲ ਮੇਲ ਮਿਲਾਪ ਵੱਧ ਹੈ, ਪਿਆਰ ਮੁਹੱਬਤ ਵੱਧ ਹੈ,
ਛੋਟੇ ਮੋਟੇ ਫੰਕਸ਼ਨ ਹੁੰਦੇ ਆ, ਹਰ ਤਰ੍ਹਾਂ ਦਾ ਅਰੇਂਜਮੈਂਟ ਆਪਾਂ ਇੱਥੇ ਕੀਤਾ ਜੀ। ਗ੍ਰੀਨਪੁਰੀ ਦੀ ਗੱਲ ਕੀਤੀ, ਇੱਕ ਬਾਰ ਬਾਂਸਲ ਸਾਹਿਬ ਨੇ ਵੀ ਤੁਸੀਂ ਦਿਓਗੇ ਗ੍ਰੀਨਪੁਰੀ, ਪੂਰੇ ਇੰਡੀਆ ਦੇ ਵਿੱਚ ਨਹੀਂ ਹੋਊਗੀ ਤਾਂ ਤੁਸੀਂ ਦਿਓਗੇ, ਫਿਰ ਉਹੋ ਜਿਹਾ ਕੀ ਲੋਕਾਂ ਲਈ ਨਵਾਂ ਹੋਏਗਾ? ਬਸ ਇਹੀ ਨਵਾਂ ਜੀ, ਜਦੋਂ ਆਪਾਂ ਸਟਾਰਟ ਕਰਾਂਗੇ ਲੋਕ ਆਪਣੇ ਕੋਲ ਆਉਣਗੇ, ਖਾਣਗੇ ਤੇ ਆਪਾਂ ਨੂੰ ਦੱਸਣਗੇ ਵੀ ਹਾਂ ਕੀ ਆਪਾਂ ਕੁਆਲਿਟੀ ਦੇ ਰਹੇ ਹਾਂ। ਘਰ ਦੇ ਅੰਦਰ ਵੀ ਕਿਸ ਤਰ੍ਹਾਂ ਤੁਹਾਡੇ ਵੱਲੋਂ ਸੁਧਾਰਤੀ ਆਊਗੀ ਜੇ ਆਪਾਂ ਗੱਲ ਕਰੀਏ, ਜੇ ਕੋਈ ਬੰਦਾ ਫੋਨ ਤੇ ਮੰਗਾਉਣਾ ਚਾਹੁੰਦਾ ਤਾਂ? ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਆਪਣੀ ਹੋਮ ਡਿਲੀਵਰੀ ਰਹੂਗੀ, ਬਾਕੀ ਜੋ ਦੇਖੋ ਸੋਸ਼ਲ ਮੀਡੀਆ ਪਲੇਟਫਾਰਮ ਚੱਲ ਰਹੇ ਹੈ ਜਿਵੇਂ ਜ਼ੋਮੈਟੋ, ਸਵਿਗੀ, ਸਭ ਨਾਲ ਟਾਈ ਅਪ ਰਹੇਗਾ, ਬਾਕੀ ਸਾਡੀ ਆਪਣੀ ਖੁਦ ਦੀ ਹੋਮ ਪਰਸਨਲ ਡਿਲੀਵਰੀ ਵੀ ਰਹੇਗੀ, ਤਾਂ ਹਰ ਚੀਜ਼ ਮਤਲਬ ਪ੍ਰੋਪਰ ਆਪਾਂ ਘਰ ਘਰ ਪਹੁੰਚਾਵਾਂਗੇ ਆਪਣੀ ਕੁਆਲਿਟੀ ਆਪਣੀ ਨਵੀਂ ਚੀਜ਼। ਰੇਟ ਦੀ ਗੱਲ ਕਰੀਏ, ਰੇਟ ਫਿਰ ਆਮ ਲੋਕਾਂ ਦੇ ਨਾਲੋਂ ਤੁਹਾਡੇ ਤੱਕ ਫਰਕ ਰਹੂਗਾ ਜਾਂ ਉਹ ਸੇਮ ਰਹਿਣਗੇ? ਨਹੀਂ ਨਹੀਂ ਬਿਲਕੁਲ ਰਹਿਣਗੇ। ਦੇਖੋ ਰੇਟ ਦੀ ਗੱਲ ਤਾਂ ਹੁੰਦੀ ਹੈ ਵੀ ਅੱਜ ਦੇ ਟਾਈਮ ਖਾਣ ਪੀਣ ਦੀ ਅਗਰ ਆਪਾਂ ਗੱਲ ਕਰੀਏ ਤਾਂ ਲੋਕਾਂ ਨੂੰ ਚਾਹੀਦੀ ਹੈ ਕੁਆਲਿਟੀ ਪਲੱਸ ਕੁਆਂਟਿਟੀ, ਜੇਕਰ ਆਪਾਂ ਦੋਨੋਂ ਚੀਜ਼ਾਂ ਉਹ ਵਧੀਆ ਦੇ ਰਹੇ ਹਾਂ ਤਾਂ ਰੇਟ ਦੇ ਪਿੱਛੇ ਕੋਈ ਇਸ਼ੂ ਨਹੀਂ, ਤਾਂ ਬਾਕੀ ਆਪਣੇ ਰੇਟ ਵੈਸੇ ਬਹੁਤ ਜ਼ਿਆਦਾ ਰੀਜ਼ਨੇਬਲ ਹੈ ਜੀ। ਜਗ੍ਹਾ ਇੱਕ ਵਾਰੀ ਫਿਰ ਦੱਸ ਦੋ ਦੁਬਾਰਾ, ਤੋਂ ਕਿੱਥੇ ਆਉਣਾ? ਇਹ ਆਪਣਾ SCF 65 ਭਾਰਤ ਨਗਰ ਬਠਿੰਡਾ। ਬਿਲਕੁਲ ਜੀ, ਮੈਂ ਇੱਕ ਵਾਰੀ ਸਾਥੀ ਨੂੰ ਸਾਰਾ ਇਹ ਆਪਣਾ ਜਿਹੜਾ ਇਹ ਅੱਜ ਆਪਣਾ ਰੈਸਟੋਰੈਂਟ ਖੁੱਲਿਆ, ਜਿਸ ਦੀ ਓਪਨਿੰਗ ਹੋਈ ਹੈ, ਤੇ ਇਸ ਦੇ ਅੰਦਰ ਨਵੀਂ ਚੀਜ਼ ਕੀ ਮਿਲੇਗੀ ਕਿ ਜੋ ਇਹਨਾਂ ਨੇ ਇਹ ਗੱਲ ਦੱਸੀ ਹੈ ਕਿ ਜਿਹੜੀ ਸਾਡੇ ਵੱਲੋਂ ਗ੍ਰੀਨ ਪੂਰੀ ਇੱਥੇ ਦਿੱਤੀ ਜਾ ਰਹੀ ਹੈ ਉਹ ਪੂਰੀ ਇੰਡੀਆ ਦੇ ਵਿੱਚ ਨਹੀਂ ਮਿਲੇਗੀ। ਇੱਕ ਵਾਰੀ ਮੈਂ ਸਾਰੇ ਇਸ ਦੀ ਆਪਣਾ ਲੋਕੇਸ਼ਨ ਤੁਹਾਨੂੰ ਆਪ ਦਿਖਾ ਦੇ, ਇੱਕ ਵਾਰੀ ਫਿਰ ਦੱਸਦਾ ਹੈ, ਬੀਬੀ ਵਾਲਾ ਰੋਡ ਤੇ SCF 65 ਦੇ ਅੰਦਰ ਇਹ ਅੱਜ ਨਵਾਂ ਰੈਸਟੋਰੈਂਟ ਖੁੱਲਿਆ, ਜਿਸ ਦੇ ਅੰਦਰ ਨਵੀਂ ਚੀਜ਼ ਕੀ ਦਿੱਤੀ ਜਾਵੇਗੀ ਕਿ ਇਹਨਾਂ ਦਾ ਇਹ ਗੱਲ ਕਹਿਣੀ ਹੈ ਕਿ ਜੋ ਸਾਡੇ ਵੱਲੋਂ ਇੱਥੇ ਆਪ ਬਠਿੰਡਾ ਦੇ ਅੰਦਰ ਇੱਕ ਗ੍ਰੀਨ ਪੂਰੀ ਇਹਨਾਂ ਵੱਲੋਂ ਦਿੱਤੀ ਜਾਣੀ ਹੈ, ਤੇ ਉਹ ਗ੍ਰੀਨ ਪੂਰੀ ਇਸ ਤਰ੍ਹਾਂ ਦੀ ਹੋਵੇਗੀ ਕਿ ਆ ਪੂਰੀ ਇੰਡੀਆ ਦੇ ਵਿੱਚ ਵੀ ਨਹੀਂ ਹੋਵੇਗੀ ਸਾਡੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਬਣਿਆ ਰੈਸਟੋਰੈਂਟ, ਅੱਜ ਦੇ ਟਾਈਮ ਦੇ ਵਿੱਚ ਪੂਰੀ ਜ਼ਰੂਰਤ ਸੀ ਬਠਿੰਡੇ ਨੂੰ। ਅਸੀਂ ਨਵੀਂ ਕੀ ਹੋਵੇਗੀ ਇਸ ਦੇ ਵਿੱਚ ਗੱਲ ਕਰੀਏ ਤਾਂ ਨਵਾਂ ਨਵਾਂ ਕਨਸੈਪਟ ਕੋਈ ਨਾ ਲੈ ਕੇ ਆਣਗੇ ਨਾ, ਤਾਂ ਹੀ ਕੰਮ ਅੱਗੇ ਵਧੀਆ ਚੱਲੂਗਾ ਨਵਾਂ ਕਨਸੈਪਟ ਕੁਛ ਹੋਵੇਗਾ। ਬਿਲਕੁਲ ਜੀ, ਹਾਂਜੀ ਸਰ, ਸਰ ਕੀ ਕਹਿਣਾ ਚਾਹੁੰਦੇ? ਮੈਂ ਬੋਲਦਾ ਜੀ, ਬੋਲੋ ਤੁਸੀਂ ਬੋਲੋ। ਬਹੁਤ ਸਾਨੂੰ ਖੁਸ਼ੀ ਹੋਈ ਰੈਸਟੋਰੈਂਟ ਜਾ ਕੇ, ਬਹੁਤ ਵਧੀਆ ਪ੍ਰੈਪਰੇਸ਼ਨ ਲਈ, ਬਹੁਤ ਵਧੀਆ ਅੱਗੇ ਇਹਨਾਂ ਨੂੰ ਰੱਬ ਤਰੱਕੀਆਂ ਬਖਸ਼ੂ, ਖਾਣ ਖੂਣ ਦਾ ਪ੍ਰੋਗਰਾਮ ਬਹੁਤ ਵਧੀਆ ਇਹਨਾਂ ਦਾ। ਹਾਂਜੀ ਵੀ ਜੀ, ਕੁਛ ਕਹਿਣਾ ਚਾਹੁੰਦੇ ਹੋ? ਸਾਡੇ ਦੋਸਤ ਬਾਂਸਲ ਜੀ ਨੇ ਗ੍ਰੀਨਪੁਰੀ ਸਾਡੇ ਬਾਂਸਲ ਸਾਹਿਬ ਨੇ ਇੱਥੇ ਰੈਸਟੋਰੈਂਟ ਖੋਲਿਆ ਅੱਜ ਨਵਾਂ ਭਾਰਤ ਨਗਰ ਦੇ ਵਿੱਚ, ਸਾਨੂੰ ਬੜੀ ਖੁਸ਼ੀ ਹੈ ਤੇ ਬਹੁਤ ਬਹੁਤ ਵਧਾਈਆਂ ਉਹਨਾਂ ਨੂੰ, ਤੇ ਮਾਲਕ ਉਹਨਾਂ ਨੂੰ ਤਰੱਕੀਆਂ ਬਖਸ਼ੇ ਤੇ ਇਸ ਤਰ੍ਹਾਂ ਸਫਲਤਾ ਕਰਦੇ ਰਹਿਣ ਤੇ ਨਵੇਂ ਦੇ ਨਵੇਂ ਉਪਰਾਲੇ ਕਰਦੇ ਰਹਿਣ। ਧੰਨਵਾਦ ਜੀ। ਬਿਲਕੁਲ ਜੀ, ਤੁਸੀਂ ਇਹ ਸੁਣਿਆ ਸਾਰੇ ਇੱਥੇ ਜਿਹੜੇ ਸਾਥੀ ਆਏ, ਸਾਥੀ ਮਿੱਤਰ ਆਏ ਹੋਏ ਨੇ, ਉਹਨਾਂ ਦਾ ਕਹਿਣਾ ਕਿ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਵੱਲੋਂ ਇੱਕ ਨਵੀਂ ਆਈਟਮ ਹੁਣ ਬਠਿੰਡਾ ਦੇ ਅੰਦਰ ਲੈ ਕੇ ਆਉਂਦੇ ਜੋ ਪੂਰੇ ਇੰਡੀਆ ਦੇ ਅੰਦਰ ਨਹੀਂ ਹੋਵੇਗੀ, ਤੇ ਇਹਨਾਂ ਵੱਲੋਂ ਇਸ ਦੇ ਅੰਦਰ ਇੱਕ ਵਾਰੀ ਤੁਸੀਂ ਇੱਥੇ ਜ਼ਰੂਰ ਆਓ ਕਿਉਂਕਿ ਗ੍ਰੀਨ ਪੂਰੀ ਜੋ ਇਹਨਾਂ ਦੀ ਵਿਸ਼ੇਸ਼ ਹੋਵੇਗੀ, ਤੇ ਗ੍ਰੀਨ ਪੂਰੀ ਅੱਜ ਤੱਕ ਸ਼ਾਇਦ ਤੁਸੀਂ ਪੂਰੀ ਇੰਡੀਆ ਦੇ ਵਿੱਚ ਕਿਤੇ ਵੀ ਨਾ ਦੇਖੀ ਹੋਵੇ, ਤੇ ਇਹਨਾਂ ਵੱਲੋਂ ਇਹ ਨਵੀਂ ਦਿੱਤੀ ਜਾਵੇਗੀ, ਤੇ ਨਾਲ ਨਾਲ ਜਿਹੜਾ ਇਹਨਾਂ ਵੱਲੋਂ ਵੈਜ ਅਤੇ ਨਾਨ ਵੈਜ ਦੀ ਜਿਹੜੀ ਆਈਟਮ ਹੈ ਉਹ ਸਵਿਗੀ ਤੇ ਜ਼ੋਮੈਟੋ ਦੇ ਰਾਹੀਂ ਵੀ ਲੋਕਾਂ ਦੇ ਘਰ ਤੱਕ ਪਹੁੰਚਾਇਆ ਜਾਵੇਗਾ। ਤੇ ਇਸ ਦੀ ਅਸੀਂ ਇੱਕ ਵਾਰੀ ਆਪਣਾ ਫਿਰ ਵੀ ਐਪਲੀਕੇਸ਼ਨ ਦੱਸ ਦਿਆਂ ਕਿ ਬੀਬੀ ਵਾਲਾ ਰੋਡ ਦੇ ਉੱਤੇ ਜਿਹੜਾ SCF ਆਪਣਾ 65 ਹੈ ਉਸ ਦੇ ਅੰਦਰ ਇਹ ਅੱਜ ਇਸ ਦੀ ਆਪਣਾ ਓਪਨਿੰਗ ਹੋਈ ਹੈ, ਤੇ ਅਗਰ ਤੁਸੀਂ ਹੋਰ ਵੀ ਇਸ ਤਰ੍ਹਾਂ ਦੀਆਂ ਆਪਣੀ ਦੁਕਾਨ ਦੀ ਕਿਸੇ ਤਰ੍ਹਾਂ ਦੀ ਕੋਈ ਆਪਣਾ ਮੂਰਤ ਦੀ ਜਾਂ ਹੋਰ ਕਿਸੇ ਤਰ੍ਹਾਂ ਦੀ ਵੀ ਐਡ ਵਗੈਰਾ ਕਰਨੀ ਹੈ ਤਾਂ ਤੁਸੀਂ ਸਾਡੇ ਆਪਣਾ ਚੈਨਲ ਦੇ ਨਾਲ ਜੁੜੇ ਰਹੋ ਤਾਂ ਜੋ ਅਸੀਂ ਵੀ ਹਰ ਇੱਕ ਤਰ੍ਹਾਂ ਦੀ ਐਡ ਤੁਹਾਡੀ ਵੀ ਆਪਣਾ ਕਰਦੇ ਰਹੀਏ, ਤੇ ਨਾਲ ਸਾਡਾ ਫੋਨ ਨੰਬਰ ਹੈ 9971717333, ਇਸ ਨੰਬਰ ਤੇ ਤੁਸੀਂ ਵੀ ਸਾਡਾ ਸੰਪਰਕ ਕਰ ਸਕਦੇ ਹੋ ਤਾਂ ਜੋ ਤੁਸੀਂ ਆਪਣੇ ਵੀ ਕਿਸੇ ਵੀ ਤਰ੍ਹਾਂ ਦੀ ਕਾਰੋਬਾਰ ਦੀ ਕੋਈ ਐਡ ਕਰਨੀ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਖਬਰ ਪੰਜਾਬ ਦੀ ਬਠਿੰਡਾ ਤੋਂ ਜਸਕਰਨ ਮੀਤ ਦੀ ਰਿਪੋਰਟ।